ਹਾਂਜੀ ਕਹਿੰਦੇ ਇੱਕ ਦੁਨੀਆ ਦੇ ਵਿੱਚ ਜਿਉਣ ਲਈ ਇੱਕ ਦੁਨੀਆ ਦੇ ਵਿੱਚ ਜਿਉਣ ਲਈ ਕਈ ਯਾਰ ਬਣਾਉਣੇ ਪੈਂਦੇ ਨੇ ਇੱਕ ਦੁਨੀਆ ਦੇ ਵਿੱਚ ਜਿਉਣ ਲਈ ਕਈ ਹੱਥ ਮਿਲਾਉਣੇ ਪੈਂਦੇ ਨੇ ਇਸ ਦੁਨੀਆ ਦੇ ਵਿੱਚ ਜਿਉਣ ਲਈ ਕਈ ਅਰਮਾਨ ਮਿਟਾਉਣੇ ਪੈਂਦੇ ਨੇ ਦਿਲ ਕਰਦਾ ਨਹੀਂ ਦਿਲ ਮੰਨਦਾ ਨਹੀਂ ਤਰੀਕੇ ਦਾ ਹੱਸ ਕੇ ਕਰਦੇ
ਤਰੀਕਾ ਤਾਂ ਹੋਈ ਗਿਆ ਮੈਨੂੰ ਵੈਸੇ ਗੁੱਡ ਲੱਕ ਕਹਿ ਕੇ ਕਹਿੰਦੇ ਹੋ
ਮੈਂ ਇਹ ਕਹਿਣਾ ਚਾਹੂੰਗੀ ਕਿ ਤੁਹਾਡੀ ਸਪੋਰਟ ਦੀ ਵਜ੍ਹਾ ਨਾਲ ਮੈਂ ਇੱਥੇ ਆਈ ਹਾਂ ਥੈਂਕ ਯੂ ਸੋ ਮੱਚ ਹਾਈ ਹੈਲੋ ਮੈਮ ਯੂ ਆਰ ਬਿਊਟੀਫੁਲ ਥੈਂਕ ਯੂ ਹੈਲੋ ਮੈਮ ਹਾਊ ਆਰ ਯੂ ਵੈਰੀ ਥੈਂਕ ਯੂ ਮੈਮ ਓਕੇ ਵਾਟ ਇਜ਼ ਦ ਵਨ ਥਿੰਗ ਦੈਟ ਸੈਟਸ ਅ ਔਮਨ ਅਪਾਰਟ ਫਰਮ ਅ ਮੈਨ ਵਾਟ ਇਜ਼ ਇਟ ਯੂ ਕਰਦੀ ਹੈ ਵਨ ਥਿੰਗ ਦੈਟ ਯੂ ਥਿੰਕ ਜੋ ਇੱਕ ਔਮਨ ਕੋ ਸੈਟਸ ਅਪਾਰਟ ਫਰਮ ਅ ਮੈਨ ਸੋ ਪੀਟੀ ਟੂ ਕੋਈ ਇੱਕ ਐਸੀ ਚੀਜ਼ ਜੋ ਇੱਕ ਔਮਨ ਕੋ ਅਲੱਗ ਦਿਖਾਤੀ ਹੈ ਮੈਨ ਸੇ ਵਾਟ ਇਜ਼ ਦੈਟ ਵਨ ਕੁਆਲਿਟੀ ਦੈਟ ਓਨਲੀ ਅ ਔਮਨ ਹੈਜ਼ ਐਂਡ ਅ ਮੈਨ ਡਸਨਟ ਇੱਕ ਵਿਮੈਨ ਦੇ ਵਿੱਚ ਬਹੁਤ ਪੇਸ਼ੈਂਸ ਹੁੰਦੀ ਆ ਉਹਨੇ ਮੈਰਿਜ ਹੋਣੀ ਆ ਉਸ ਤੋਂ ਬਾਅਦ ਬੇਬੀ ਆਪਣਾ ਪ੍ਰੋਫੈਸ਼ਨ ਵੀ ਉਹਨੂੰ ਬ੍ਰੇਕ ਕਰਨਾ ਪੈ ਜਾਂਦਾ ਥੋੜ੍ਹੇ ਟਾਈਮ ਦੀ ਕੈਬ ਲੈਣੀ ਪੈ ਜਾਂਦੀ ਆ ਉਹਦੇ ਵਿੱਚ ਕਾਫੀ ਪੇਸ਼ੈਂਸ ਹੁੰਦੇ ਆ ਜਿਹੜੇ ਮੈਨ ਦੇ ਵਿੱਚ ਇੰਨੇ ਜ਼ਿਆਦਾ ਨਹੀਂ ਹੁੰਦੇ ਬਿਕੋਜ਼ ਲੇਡੀਜ਼ ਨੂੰ 50% ਚਾਂਸ ਮਿਲਦਾ ਆਪਣੀ ਲਾਈਫ 'ਚ ਅੱਗੇ ਵਧਣ ਲਈ ਬਿਕੋਜ਼ ਉਹਨੇ ਆਪਣੀ ਫੈਮਿਲੀ ਨੂੰ ਵੀ ਦੇਖਣਾ ਹੁੰਦਾ ਆਪਣੇ ਬੱਚੇ ਨੂੰ ਦੇਖਣਾ ਹੁੰਦਾ ਆ ਸਭ ਨੂੰ ਦੇਖਣਾ ਹੁੰਦਾ ਇਸ ਲਈ ਉਹਨਾਂ ਬਹੁਤ ਘੱਟ ਟਾਈਮ ਮਿਲਦਾ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਅਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਲੇਡੀਜ਼ ਦੇ ਵਿੱਚ ਮੈਰਿਡ ਲੇਡੀਜ਼ ਜਾਂ ਦੂਸਰੇ ਲੇਡੀਜ਼ ਦੇ ਵਿੱਚ ਪੇਸ਼ੈਂਸ ਇੱਕ ਹੈਗੀ ਆ ਜਿਹੜੀ ਕਿ ਉਹਨਾਂ ਨੂੰ ਬਹੁਤ ਅੱਗੇ ਵੀ ਲੈ ਕੇ ਜਾਂਦੀ ਹੈ ਐਂਡ ਆਈ ਰੀਲੀ ਐਪਰੀਸ਼ੀਏਟ ਆਲ ਆਫ ਯੂ ਕਮ ਟੂਡੇ ਸਭ ਆਪਕੋ ਦੇਖ ਰਹੇ ਹੈ There are so many ladies who also called me, मैंने बोला उनको participate करने के लिए कई को लगता है they don't have the confidence question round में हम बाहर हो जाएंगे कई को लगता है we're not very beautiful to enter these pageants so I want you to give a message to all those ladies who are watching you right now to those ladies who think they're not pretty enough उनको ये लगता है हम इतने सुंदर नहीं है कि हम ऐसे पेरेंट्स में जा सकते हैं to all the mothers all the wives because this is Punjab show तो आप उनको क्या एक ऐसी चीज बोलना चाहेंगे कि वो नेक्स्ट टाइम ज्यादा आए यहाँ पे कि यू नो दे आर नॉट प्रिटी इनफ टू एंटर द पेजेंट तो आप उनके लिए कुछ मैसेज देना चाहेंगे मैम मैं उन्होंने एक गल कहना चाहवांगी कि एक औरत की एक सूरत ही नहीं होती सीरत भी होती है इंटरनल ब्यूटी होनी भी बहुत जरूरी है और लेडीज से हर एक औरत अपने आप में बीच एक मिसेस पंजाबन है ਬਟ ਜੇ ਇਸ ਪਲੈਟਫਾਰਮ ਦੀ ਇਸ ਕੰਪੀਟੀਸ਼ਨ ਦੀ ਗੱਲ ਕੀਤੀ ਜਾਵੇ ਇੱਕ ਮੈਰਿਡ ਲੇਡੀਜ਼ ਬਹੁਤ ਕੁਛ ਕਰ ਸਕਦੀਆਂ ਜੇ ਉਹ ਆਪਣਾ ਪਰਿਵਾਰ ਛੱਡ ਕੇ ਇੱਕ ਨਵਾਂ ਸੰਸਾਰ ਵਸਾ ਸਕਦੀ ਹੈ ਨਾ ਤਾਂ ਉਹ ਇਸ ਦੁਨੀਆਂ ਦਾ ਕੋਈ ਵੀ ਕੰਮ ਕਰ ਸਕਦੀ ਆ ਅਤੇ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਉਹਨਾਂ ਨੂੰ ਹੋਰ ਅੱਗੇ ਵੱਧ ਕੇ ਆਉਣਾ ਚਾਹੀਦਾ ਆਪਣੇ ਲਈ ਵੀ ਟਾਈਮ ਕੱਢਣਾ ਚਾਹੀਦਾ ਹੈ ਥੈਂਕ ਯੂ ਸੋ ਆਈ ਰਿਕੁਐਸਟ ਆਲ ਦ ਲੇਡੀਜ਼ ਨੈਕਸਟ ਟਾਈਮ ਪਲੀਜ਼ ਕਮ ਐਂਡ ਪਾਰਟਿਸਿਪੇਟ ਯੈਸ ਮੈਮ ਸਰਦਾਰ ਜਗਜੀਤ ਸਿੰਘ ਸੋਢੀ ਦੀ ਲਾਡੀ ਬੇਟੀ ਰਾਣੀਆਂ ਨਾਲੋਂ ਵੱਧ ਰਾਜ ਕਰਾਉਣ ਵਾਲੇ ਸਰਦਾਰ
काफी प्रीत की मां हां मैं एक हाउसवाइफ हां खाना बनाना कुछ नया करना तो कुछ नया सीखना मेरे शौक है तो जब मैं अपने बारे कहना चाहूंगा तो मैं कहूंगी